जी सत श्री अकाल जी, स्वागत है ताडा सारिआं दा ताडे अपने यूट्यूब चैनल पंजाब दा अपना स्वाद दे विच। अज तुहानू लै के आए हां आत्मा सिंह तरलोचन सिंह। ये वीर जी हुणी चाह पत्ती दे विच सारे अमृतसर दे विच बहुत ज़्यादा मशहूर आ। बाकी वीर जी कोल पुछदे आ किन्ने साल पुरानी दुकान आ, किन्नी पीढ़ी इत्थे काम कर रही है। हाँ जी सत श्री अकाल वीर जी। सत श्री अकाल सारिआं नू, मेरा नाम गुरीत सिंह है। ਤੁਸੀਂ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਆਤਮਾ ਸਿੰਘ ਤੁਲਸ ਸਿੰਘ ਚਾਹ ਪੱਤੀ ਵਾਲੇ। ਹਾਂਜੀ। ਤੇ ਅੱਜ ਮੈਂ ਆਪ ਜੀ ਨੂੰ ਚਾਹਾਂ ਬਾਰੇ ਦੱਸਾਂਗਾ ਜੋ ਸਾਡੇ ਕੋਲ ਹੁੰਦੀ ਹੈ, ਕੀ ਬੈਨੀਫਿਟਸ ਨੇ ਇਹਨਾਂ ਚਾਹਾਂ ਦੇ, ਤੇ ਕੀ ਕੰਜ਼ੰਪਸ਼ਨ ਹੁੰਦੀ ਹੈ, ਕਿਵੇਂ ਕੀ ਕੰਜ਼ੂਮ ਕੀਤੀਆਂ ਜਾਂਦੀ ਹੈ, ਕਿੱਥੇ ਕਿੱਥੇ ਕੰਜ਼ੂਮ ਹੁੰਦੀ, ਕਿੱਥੋਂ ਆਉਂਦੀ ਹੈ। ਹਾਂਜੀ, ਪਹਿਲਾਂ ਤਾਂ ਸਾਡੀ ਇਹ ਦੁਕਾਨ ਮਤਲਬ ਇਕੱਲੀ ਚਾਹ ਪੱਤੀ ਦਾ ਹੀ ਕੰਮ ਸਾਨੂੰ ਕਾਫੀ ਪੁਰਾਣਾ ਹੋ ਗਿਆ। ਇੱਥੇ ਅੱਜ ਮੈਂ ਤੇ ਮੇਰਾ ਬ੍ਰਦਰ ਫੋਰਥ ਜਨਰੇਸ਼ਨ ਹੈ ਇਸ ਦੁਕਾਨ ਤੇ, ਹਾਂਜੀ, ਜੋ ਚਾਹ ਪੱਤੀ ਦਾ ਕੰਮ ਕਰ ਰਹੇ ਹਾਂ। ਹਾਂਜੀ, ਸਾਡਾ ਮੇਨ ਕੰਮ ਚਾਹ ਪੱਤੀ ਦੀ ਗਰੰਟੀ ਦਾ। ਹਾਂਜੀ, ਗਰੰਟੀ ਤੁਸੀਂ ਸਾਰਿਆਂ ਨੇ ਸੁਣਿਆ ਹੈਗਾ ਪਤਲੇ ਹੋਣ ਲਈ ਜਾਂ ਉਸ ਚੀਜ਼ਾਂ ਲਈ, ਗਰੰਟੀ ਦੇ ਜੋ ਬੈਨੀਫਿਟਸ ਨੇ ਇਹ ਲੂਜ਼ਲੀ, ਤੁਸੀਂ ਅੱਜ ਤੱਕ ਲੋਕਾਂ ਨੇ ਵਾਸਤੇ ਸਾਰਿਆਂ ਨੇ ਨਾ ਇਹ ਲੂਜ਼ ਡਿਪ ਵਾਲੀ ਵੇਖੀ ਹੋਏਗੀ, ਪਾਊਡਰ ਫੋਰਮ ਤੇ ਡਿਪ ਵਾਲੀ ਵੇਖੀ ਹੋਏਗੀ, ਮਗਰ ਆਉਂਦੇ ਲੂਜ਼ ਪੱਤੇ ਗਰੰਟੀ ਦੇ ਪਿਓਰ, ਕੈਮੀਕਲ ਫ੍ਰੀ ਚਾਹ ਹੁੰਦੀ ਹੈ, ਕੁਛ ਵੀ ਨਹੀਂ ਹੈ। ਪਾਣੀ ਬਗੈਰ ਹੀ ਪੀਂਦੇ, ਦੁੱਧ ਨਹੀਂ ਪੈਂਦਾ, ਪਾਣੀ ਬਰੂ ਕਰਕੇ ਪੀਤਾ ਜਾਂਦਾ। ਇਹਦੇ ਮੇਨ ਬੈਨੀਫਿਟਸ ਨੇ ਜਿਵੇਂ ਇਹ ਮੋਟਾਪੇ ਲਈ ਵਧੀਆ, ਮਤਲਬ ਜਿਹਨੇ ਤੁਹਾਨੂੰ ਮੋਟਾਪਾ ਹੈ ਉਸ ਵਿੱਚ ਮਦਦ ਕਰਦਾ ਬੈਲੀ ਫੈਟ ਘਟਾਉਣ 'ਚ, ਤੇ ਹੋਰ ਡਾਈਜੈਸ਼ਨ ਵਿੱਚ ਵਧੀਆ, ਡਾਈਜੈਸ਼ਨ ਸਕਿਨ ਕਲੀਅਰ ਕਰਦਾ, ਸਕਿਨ ਲਈ ਬਹੁਤ ਵਧੀਆ ਹੁੰਦੀ ਹੈ, ਤੇ ਹੋਰ ਵੀ ਬੜੇ ਬੈਨੀਫਿਟਸ। ਭਾਜੀ ਇਹਦੇ ਟੇਸਟ ਦਾ ਵੀ ਫਰਕ ਉਹਨੂੰ ਦੇਖੋ ਜੀ, ਇਹ ਹਲਕੇ ਜ ਹਲਕਾ ਜਿਹਾ ਬਿਟਰ ਇਹਦਾ ਟੇਸਟ ਹੁੰਦਾ, ਮਗਰ ਉਹੀ ਟੇਸਟ ਅੱਛਾ ਲੱਗਦਾ, ਮੈਂ ਸਵਾਦ ਲੱਗਦਾ ਟੇਸਟ, ਹਾਂਜੀ ਬਿਟਰ ਵਾਲਾ, ਹਾਂਜੀ ਮਤਲਬ ਵੈਸਾ ਹੁੰਦੀ ਤਾਂ ਬਹੁਤ ਵਧੀਆ ਫੀਲ ਨਹੀਂ ਹੈ, ਮਤਲਬ ਜੇ ਤੁਸੀਂ ਇੱਕ ਕੱਪ ਕੁਛ ਵੀ ਖਾਣ ਤੋਂ ਬਾਅਦ ਆਪਣੇ ਕਿਸੇ ਵੀ ਮੀਲ ਤੋਂ ਬਾਅਦ ਇੱਕ ਕੱਪ ਗ੍ਰੀਨ ਟੀ ਪੀ ਲੋਗੇ ਨਾ, ਪੂਰਾ ਪੂਰਾ ਖਾਣਾ ਡਾਈਜੈਸਟ ਕਰ ਦੇਣਗੇ। ਹਾਂਜੀ ਭਾਜੀ, ਇਹਦਾ ਪ੍ਰਾਈਸ ਕੀ ਰਹਿੰਦਾ? ਭਾਜੀ ਜਿਹੜੀ ਤਾਂ ਬਹੁਤ ਪ੍ਰੀਮੀਅਮ ਕੁਆਲਿਟੀ ਸਾਡੇ ਕੋਲ ਹੁੰਦੀ ਹੈ, ਉਹ 400 ਰੁਪਏ ਕਿਲੋ ਹੁੰਦੀ ਹੈ। ਹਾਂਜੀ, ਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਨਾਰਮਲ ਚਾਹ ਪੱਤੀ ਬਾਰੇ, ਹਾਂਜੀ ਮਤਲਬ ਜਿਹੜੀ ਸਾਡੇ ਕੋਲ ਚਾਹ ਪੱਤੀ ਉਹਦੇ ਬਗੈਰ ਕੈਮੀਕਲ ਹੁੰਦੀ ਹੈ, ਜਿਹੜੇ ਆਮ ਤੁਸੀਂ ਘਰ ਪੀਂਦੇ ਹੋ, ਉਹਨੂੰ ਸਿਟੀ ਸੀ ਵੀ ਕਿਹਾ ਜਾਂਦਾ, ਸਿਟੀ ਸੀ ਸਿਟੀ ਸੀ ਡੀ ਮਤਲਬ ਕ੍ਰਸ਼ ਟੇਅਰ ਕੋਲ, ਇਹਦੀ ਮਸ਼ੀਨ ਦਾ ਨਾਮ ਆਉਂਦਾ ਜਿਸ ਵਿੱਚ ਬਣਾਈ ਜਾਂਦੀ ਹੈ ਸਿਟੀ ਸੀ ਡੀ। ਸੋ ਇਹ ਸਾਡੇ ਕੋਲ ਜਿਹੜੀ ਚਾਹ ਪੱਤੀ ਹੈ, ਇਹਦੀ ਖਾਸੀਅਤ ਹੈ ਕਿ ਕੈਮੀਕਲ ਫ੍ਰੀ ਹੈ, ਪੀ ਕੇ ਸਾੜ ਨਹੀਂ ਪੈਂਦਾ, ਰੰਗ ਸਵਾਲ ਵੀ ਵਧੀਆ ਆਉਂਦਾ, ਬੜੀ ਗੜਕ ਬਣਦੀ ਹੈ। ਅਤੇ ਅਸੀਂ ਜਿਹੜੀ ਵੀ ਚਾਹ ਹੈ ਸਿਟੀ ਸੀ, ਅਸੀਂ ਚਾਹ ਪੱਤੀ ਆਮ ਆਸਾਮ ਤੋਂ ਪ੍ਰੋਕਿਓਰ ਕਰਦੇ ਹਾਂ ਸਾਰੇ। ਅਤੇ ਇਹਦਾ ਪ੍ਰਾਈਸ ਕੀ ਰਹਿੰਦਾ? ਇਸ ਵਿੱਚ ਸਾਡੇ ਕੋਲ ਪ੍ਰੀਮੀਅਮ ਕੁਆਲਿਟੀ 280 ਰੁਪਏ ਕਿਲੋ ਹੈ, 280। ਹਾਂਜੀ, ਅਤੇ ਹੁਣ ਤੁਹਾਨੂੰ ਦੱਸਾਂਗੇ ਆਰਥੋਡੋਕਸ ਦੀ ਬਾਰੇ। ਹਾਂਜੀ, ਇਹ ਇੱਕ ਮਤਲਬ ਜਿਵੇਂ ਆਰਥੋਡੋਕਸ ਦਾ ਮਤਲਬ ਹੈ ਜਿਵੇਂ ਦੋ ਚੀਜ਼ਾਂ ਦਾ ਮਤਲਬ ਮਿਕਸਚਰ, ਮਿਕਸਚਰ ਨਹੀਂ ਕਹਾਂਗੇ, ਜਿਵੇਂ ਇਸ ਵਿੱਚ ਫਾਇਦਾ ਜਿਹੜੀ ਹੈ ਗ੍ਰੀਨ ਟੀ ਵਾਲੇ ਹੈ, ਅਤੇ ਸਵਾਦ ਹੈਗਾ ਜਿਹੜਾ ਚਾਹ ਵਾਲਾ, ਚਾਹ ਪੱਤੀ ਆਮ ਚਾਹ ਪੱਤੀ। ਅਤੇ ਇਹ ਲਾਈਟ ਗੋਲਡਨ ਕਲਰ ਦੀ ਬਣਦੀ ਹੈ, ਅਸੀਂ ਪਾਣੀ 'ਚ ਬਣਾਈਏ ਤਾਂ, ਜੇ ਦੁੱਧ ਪਾ ਕੇ ਬਣਾਈਏ ਤੇ ਬਦਾਮੀ ਦਾ ਰੰਗ ਛੱਡਦੀ ਹੈ, ਜਾਂ ਪ੍ਰੋਪਰ ਲਾਲ ਨਹੀਂ ਹੁੰਦੀ। ਇਸ ਲਈ ਇਹ ਖਾਸੀਅਤ ਹੈ, ਲਾਈਟ ਬਹੁਤ ਹੁੰਦੀ ਹੈ ਮਗਰ ਟੇਸਟ ਬਹੁਤ ਜ਼ਿਆਦਾ ਹੁੰਦੀ ਹੈ, ਮਤਲਬ ਕੜਕ ਵਿੱਚ ਲਾਈਟ ਹੁੰਦੀ ਹੈ, ਕੜਕ ਨਹੀਂ ਹੁੰਦੀ ਇੰਨੀ, ਮਗਰ ਟੇਸਟ ਜਿਹੜਾ ਨਾ ਇਹਦਾ ਬਹੁਤ ਜ਼ਿਆਦਾ ਹੁੰਦਾ, ਠੀਕ ਹੈ। ਇਹਦਾ ਮੇਨ ਪਰਪਸ ਹੈ ਕਿ ਲੋਕ, ਕਈ ਲੋਕ ਲਾਈਟ ਚਾਹ ਪੀਣਾ ਪ੍ਰੈਫਰ ਕਰਦੇ, ਕਹਿੰਦੇ ਨਹੀਂ ਉਹ ਨਹੀਂ ਪੀਣੀ, ਬਲੈਕ ਟੀ ਜਿਵੇਂ ਅਸੀਂ ਕਹਿੰਦੇ ਹਾਂ ਵਿਦਆਊਟ ਮਿਲਕ, ਉਸ ਲਈ ਜ਼ਿਆਦਾ ਪੀਤੀ ਜਾਂਦੀ। ਜਾਂ ਦੂਜਾ ਇਹਦਾ ਪਰਪਸ ਹੈ, ਇਹਨੂੰ ਚਾਹ ਪੱਤੀ ਨਾਲ ਮਿਲਾ ਦਈਏ ਨਾ, ਆਮ ਚਾਹ ਪੱਤੀ ਨਾਲ ਥੋੜ੍ਹੇ ਜਿਹੇ ਇਹਦੇ ਪੱਤੇ ਮਿਲਾ ਦਈਏ ਨਾ, ਅਤੇ ਇਹ ਚਾਹ ਦਾ ਸਵਾਦ ਵੀ ਵਧਾ ਦਈਏ, ਇਹਦਾ ਇੱਕ ਮੇਨ ਪਰਪਸ ਹੈਗੀ ਹੈ। ਅਤੇ ਜ਼ਿਆਦਾਤਰ ਯੂਰੋਪੀਅਨ ਰੀਜਨ ਵਿੱਚ ਬਹੁਤ ਜ਼ਿਆਦਾ ਪੀਤੀ ਜਾਂਦੀ, ਬਟ ਅੱਜ ਕੱਲ੍ਹ ਆਪਣੇ ਪੰਜਾਬੀ ਲੋਕ ਵੀ ਬਹੁਤ ਪਸੰਦ ਕਰਦੇ ਨੇ, ਅਤੇ ਪੁਰਾਣੇ ਬਜ਼ੁਰਗ ਵੀ, ਹੁਣ ਤਾਂ ਚਲੋ ਇਹ ਵਾਲੀ ਚਾਹ ਜ਼ਿਆਦਾ ਚੱਲਦੀ ਨਾ, ਜਿਵੇਂ ਆਪਣੇ ਪੁਰਾਣੇ ਬਜ਼ੁਰਗ ਵੀ ਬੜੀ ਚਾਹ ਪੀਂਦੇ ਸੀ, ਇਹਨੂੰ ਕਈ ਲੋਕ ਦਾਰਜੀਲਿੰਗ ਲੀਫ ਵੀ ਕਹਿੰਦੇ ਆ, ਪੱਤਿਆਂ ਵਾਲੀ ਚਾਹ ਜਾਂ ਚਿੱਟੇ ਫੁੱਲ ਵਾਲੀ ਚਾਹ, ਸਭ ਕਿਹਾ ਜਾਂਦਾ ਜੀ। ਇਹਦੇ ਭਾਜੀ ਡਬਲ ਫਾਇਦੇ ਕਹਿ ਸਕਦੇ ਆਪਾਂ? ਹਾਂਜੀ, ਗੈਂਦੂ ਗ੍ਰੀਨ ਟੀ ਵਾਲੇ ਫਾਇਦੇ ਅਤੇ ਸਵਾਦ ਚਾਹ ਵਾਲਾ, ਹਾਂਜੀ ਸਵਾਦ ਚਾਹ ਵਾਲਾ ਅਤੇ ਫਾਇਦੇ ਗ੍ਰੀਨ ਟੀ ਵਾਲੇ। ਹਾਂਜੀ, ਅਤੇ ਉੱਪਰੋਂ ਜਿਵੇਂ ਕਹਿੰਦੇ ਨਾ ਗ੍ਰੀਨ ਟੀ ਹਲਕੀ ਜਿਹੀ ਥੋੜ੍ਹੀ ਖੁਸ਼ਕਪਨ ਕਰਦੀ ਹੈ ਪੈਦਾ, ਇਹ ਖੁਸ਼ਕ ਨਹੀਂ ਹੁੰਦੀ, ਅੱਛਾ ਇੰਨਾ ਫਰਕ ਹੈ। ਹਾਂਜੀ, ਬਾਕੀ ਇਹ ਫਾਇਦੇ ਗ੍ਰੀਨ ਟੀ ਵਾਲੇ ਅਤੇ ਸਵਾਦ ਚਾਹ ਵਾਲਾ। ਹਾਂਜੀ ਭਾਜੀ, ਇਹਦਾ ਕੀ ਪ੍ਰਾਈਸ ਰਹਿੰਦਾ? ਇਸ ਵਿੱਚ ਜਿਹੜੀ ਸਾਡੇ ਕੋਲ ਹੁੰਦੀ ਹੈ ਵਧੀਆ ਕੁਆਲਿਟੀ, 480 ਰੁਪਏ ਕਿਲੋ। 480 ਰੁਪਏ ਕਿਲੋ, ਹਾਂਜੀ। ਐਤਵਾਰ ਨੂੰ ਜੇ ਤੁਸੀਂ ਵਧੀਆ ਕੁਆਲਿਟੀ ਦੀ ਚਾਹ ਪੀਣਾ ਚਾਹੁੰਦੇ ਜੇ
ਭਾਜੀ ਹੁਣਾਂ ਨੂੰ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ। ਧੰਨਵਾਦ ਭਾਜੀ ਤੁਸੀਂ ਟਾਈਮ ਦਿੱਤਾ।